तो चलिए अब अगली खबर की ओर बढ़ते हुए हम आपको ले चलते हैं पंजाब, जहां पंजाब में आए दिन हो रही लूट चोरी रंगदारी से दुखी होकर विभिन्न संगठनों तरनतारण के थाना सदर गेट के सामने रोष प्रदर्शन किया, साथ ही धरना दिया। प्रदर्शन कर रहे प्रहत सिंह जामाराई ने बताया है कि पिछले दिनों हमारे जिला मुख्यालय से अज्ञात लोगों ने कार्यालय का सारा सामान चोरी कर फरार हो गए थे। इस संबंध में सदर पुलिस ने बड़ी मुश्किल से अज्ञात लोगों के खिलाफ मामला दर्ज किया था। पुलिस प्रशासन इस ओर ध्यान नहीं दे रहा है। तरन तारण से जसवीर सिंह की रिपोर्ट। 12 तो 20 साल के नशे ना मर रहे, हर रोज तुसी कोई दिन नहीं लंघदा जिदन लोगों नू राह जांदियां नू कुटिया ना जावे, वड्या ना जावे, लुटिया ना जावे। ते हर दुकानदार जिहड़ा माड़ी मोटी भी कमाई करता उन्हां नू फरौतियां शरेआम मंगियां जा रहियां, जे नहीं कोई दिंदा उन्हां दे बूहे ते शरेआम गोलियां चलाईयां जांदियां। इसे तरीके नाल लुट्टां खोहां हर घर जिहड़ा हर महल्ले दे विच ही 2-3 घर रोज़ लुट्टे जा रहे, दुकानां लुट्टियां जा रहियां। पर प्रशासन दा हाल ए आ वी जदों इत्थे पहुंचीदा जां लोक शिकायत करन पहुंचदे आ ਤੇ ਇੱਥੇ ਇੱਕੋ ਇੱਕ ਜਵਾਬ ਆ ਵੀ ਸਾਡੇ ਕੋਲ ਮੁਲਾਜ਼ਮ ਨਹੀਂ, ਸਾਡੇ ਕੋਲ ਜਿਹੜਾ ਵਾ ਉਹ ਹੈ ਨਹੀਂ ਗਾ, ਅਸੀਂ ਇੱਥੇ ਕਾਰਵਾਈ ਅਜੇ ਸਾਡੇ ਕੋਲ ਨਹੀਂ ਹੋ ਸਕਦੀ। ਲੋਕਾਂ ਦੀ FIR ਕਰਨ ਤੋਂ ਵੀ ਆਨਾਕਾਨੀ ਕੀਤੀ ਜਾਂਦੀ ਆ, ਤੇ ਆਹ ਸਾਡੇ ਜਿਹੜੇ ਪਾਰਟੀ ਦਾ ਦਫ਼ਤਰ ਜਿੱਥੇ ਲੁੱਟ ਕੀਤੀ ਗਈ ਆ ਉਹਦਾ ਵੀ ਪਿਛਲੀ 27-28 ਤਰੀਕ ਦੀ ਰਾਤ ਦੀ ਗੱਲ ਆ, ਤੇ ਅੱਜ ਤੀਕਰ ਪ੍ਰਸ਼ਾਸਨ ਨੂੰ ਜਦੋਂ ਪੁੱਛ ਲਓ, ਅੱਜ ਜਦੋਂ ਅਸੀਂ ਥਾਣੇ ਪਹੁੰਚੇ ਹਾਂ ਨਾ SHO ਆ ਨਾ ਕੋਈ ਹੋਰ ਜ਼ਿੰਮੇਵਾਰ ਅਧਿਕਾਰੀ ਆ, ਤੇ ਜਿਹੜਾ ਇੱਕ SI ਬਾਹਰ ਆਇਆ ਉਹ ਕਹਿੰਦਾ ਵੀ ਕੋਈ ਬੰਦਿਆਂ ਦੀ ਤੁਸੀਂ ਟਰੇਸ ਕੀਤੇ ਆ, ਜੇ ਕੋਈ ਚੋਰ ਟਰੇਸ ਕੀਤੇ ਤਾਂ ਸਾਨੂੰ ਦੱਸੋ ਅਸੀਂ ਉਹਨਾਂ ਨੂੰ ਫੜੀਏ। ਇਹ ਹਾਲ ਆ ਵੀ ਇਹ KSI ਬਾਹਰ ਆ ਕੇ ਸਾਨੂੰ ਪੁੱਛਦਾ ਵੀ ਤੁਸੀਂ ਚੋਰ ਟਰੇਸ ਕੀਤੇ ਕਿ ਨਹੀਂ ਕੀਤੇ। ਇਹ ਵੀ ਜ਼ਿੰਮੇਵਾਰੀ ਘਰ ਵਾਲਿਆਂ ਦੀ ਆ ਵੀ ਜੇ ਕਿਤੇ ਉਹ ਰਾਤ ਨੂੰ ਲੁੱਟ ਕੇ ਖੜਦੇ ਆ ਤੇ ਉਹ ਇਹਦੀ ਪੜਤਾਲ ਕਰਕੇ ਦੱਸਣ ਵੀ ਕਿਹਨਾਂ ਨੇ ਲੁੱਟ ਕੇ ਖੜਿਆ। ਇਹ ਪ੍ਰਸ਼ਾਸਨ ਇਸ ਹੱਦ ਤੱਕ ਨਿਗਰ ਗਿਆ, ਇਹਦੇ ਖਿਲਾਫ਼ ਅੱਜ ਦਾ ਧਰਨਾ ਆ। ਅਸੀਂ ਸਮੁੱਚੇ ਤੌਰ ਤੇ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਆ ਵੈਸੇ ਇਸ ਤਰ੍ਹਾਂ ਰਾਜ ਨਾਲ ਗੱਲਬਾਤ ਹੋਈ ਆ, ਜੋ ਕੋਈ ਮਸਲਾ ਵਾ ਚੋਰੀ ਦਾ ਜਾਂ ਹੋਰ ਕੋਈ ਦਰਖਾਸਤ ਦੀ ਹੋਈ ਆ, ਕੋਈ ਕਿਸੇ ਵੀ ਕਿਸੇ ਨੇ ਕਿਹਾ ਵੀ ਨਹੀਂ ਦੇਣੀ ਪਰਚਾ ਤੱਕ ਨਹੀਂ ਕਰਨਾ, ਉਹ ਫਾਇਦੇ ਆਪਣੇ ਕੋਲ ਲੈ ਚੱਲੇ ਆ। ਇਹਨਾਂ ਦੀ DSP ਗੋਇੰਦਵਾਲ ਸਾਹਿਬ ਨੇ ਮੀਟਿੰਗ ਫਿਕਸ ਕਰਾਤੀ ਆ, ਅਤੇ ਜੇ ਹੋਰ ਵੀ ਕੋਈ ਮਸਲੇ ਆ ਉਹਨਾਂ ਦੀ ਦਰਖਾਸਤ ਲਿਖ ਕੇ ਦੇਤੀ ਆ। ਇਸ ਤੋਂ ਇਲਾਵਾ ਹੋਰ ਵੀ ਹੈਗੀ ਆ ਉਹਨੂੰ ਮੰਗਾ ਲੈਣਾ, ਐਸ ਐਸ ਪੀ ਸਾਹਿਬ ਨੂੰ ਦੇ ਕੇ ਦਰਖਾਸਤ ਦੇ ਦੇਣਾ।